ਸਾਡਾ NRI ਡਿਪਾਰਟਮੈਂਟ ਜਿਹੜਾ ਦੁਨੀਆ ਭਰ ਦੇ ਵਿੱਚ ਵੱਸਦੇ ਜਿਹੜੇ ਸਾਡੇ NRI ਦੇ ਜਿਹੜੇ ਪੰਜਾਬ ਦੀ ਰੀੜ ਦੀ ਹੱਡੀ ਨੇ, ਉਹਨਾਂ ਤੋਂ ਬਿਨਾਂ ਪੰਜਾਬ ਨੂੰ ਦੇਖਣਾ ਜਾਂ ਪੰਜਾਬ ਬਾਰੇ ਸੋਚਣਾ ਬਹੁਤ ਮੁਸ਼ਕਲ ਹੈ। ਮਾਨ ਸਾਹਿਬ ਨੇ ਨਿਰਦੇਸ਼ ਦਿੱਤੇ ਆ ਕਿ ਕੋਈ ਵੀ NRI ਪੰਜਾਬ 'ਚ ਆਉਂਦਾ ਤਾਂ ਉਹਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਅਸੀਂ ਪਿਛਲੇ ਸਾਲ ਵੀ 5 NRI ਮਿਲਣੀਆਂ ਪੂਰੇ ਪੰਜਾਬ ਦੇ ਵਿੱਚ ਕੀਤੀਆਂ ਸੀਗੀਆਂ, ਔਰ ਉਸ ਸਮੇਂ ਸਾਡੇ ਕੋਲ 605 ਕੇਸ ਆਏ ਸੀਗੇ, ਜਿਸ 'ਚੋਂ ਅਸੀਂ 597 ਕੇਸ ਜਿਹੜੇ ਉਹ ਹੱਲ ਕਰ ਦਿੱਤੇ ਸੀਗੇ। ਇਸ ਸਾਲ ਅਸੀਂ 4 NRI ਮਿਲਣੀਜ਼ ਕੀਤੀਆਂ। ਪਹਿਲੀ ਮਿਲਣੀ ਜਿਹੜੀ 3 ਫਰਵਰੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪ ਪਠਾਨਕੋਟ ਦੇ ਵਿੱਚ ਉਸ ਮਿਲਣੀ ਦਾ ਉਦਘਾਟਨ ਕੀਤਾ, ਉਹ ਆਪ NRI ਤੋਂ ਮਿਲੇ। ਉਹ ਤੋਂ ਬਾਅਦ ਨਵਾਂਸ਼ਹਿਰ ਕੀਤੀ, ਉਹ ਤੋਂ ਬਾਅਦ ਫਿਰੋਜ਼ਪੁਰ ਕੀਤੀ ਅਤੇ ਅੱਜ ਸੰਗਰੂਰ ਕੀਤੀ। ਐਤਕਾ ਅਸੀਂ 4 ਹੀ NRI ਮਿਲਣੀ ਕਰਨੀਆਂ ਸੀਗੀਆਂ। ਸੋ ਅੱਜ ਸਾਡੇ ਕੋਲ 89 ਕੇਸ ਇੱਥੇ ਆਏ। ਅੱਜ ਸਾਡੇ ਕੋਲ 7-8 ਜ਼ਿਲ੍ਹੇ ਸੀਗੇ, 89 ਕੇਸ ਜਿਹੜੇ ਸਾਡੇ ਕੋਲ ਆਏ ਆ। ਕੁਛ ਤਾਂ ਬਹੁਤ ਛੋਟੇ ਛੋਟੇ ਸੀਗੇ, ਉਹਨਾਂ ਦਾ ਤਾਂ ਉਸੇ ਲਈ ਨਿਪਟਾਰਾ ਲਗਭਗ ਹੋ ਗਿਆ। ਕੁਛ ਕੇਸ ਇੱਦਾਂ ਦੇ ਆ ਜਿਹੜੇ ਥੋੜ੍ਹਾ ਟਾਈਮ ਲੱਗੂਗਾ, 10-15-20 ਦਿਨ, ਪਰ ਸਾਡੀ ਕੋਸ਼ਿਸ਼ ਆ ਕਿ ਮਾਰਚ ਦੇ ਵਿੱਚ ਵਿੱਚ ਸਾਰੇ ਕੇਸ ਜਿਹੜੇ ਆ ਉਹ ਅਸੀਂ ਹੱਲ ਕਰ ਲਈਏ, ਕਿਉਂਕਿ ਮਾਨ ਸਾਹਿਬ ਨੇ ਸਾਨੂੰ ਇਹ ਵੀ ਨਿਰਦੇਸ਼ ਦਿੱਤੇ ਆ ਕਿ ਜਦੋਂ NRI ਆਉਂਦਾ ਤਾਂ ਉਹਨਾਂ ਦੀ ਟਿਕਟ ਚੈੱਕ ਕਰਨੀ ਆ ਵੀ ਉਹਨਾਂ ਨੇ ਕਦੋਂ ਵਾਪਸ ਜਾਣਾ। ਵਾਪਸ ਜਾਣ ਤੋਂ ਪਹਿਲਾਂ ਜਿਹੜਾ ਉਹ ਉਹਨਾਂ ਦਾ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ। ਸੋ ਅਸੀਂ ਸਾਰੇ ਜਿੰਨੇ ਜ਼ਿਲ੍ਹੇ ਸੀ ਅੱਜ ਸਾਰਿਆਂ ਦੇ SSP, SP, DC, ADC, SDM, BRO ਸਾਰੇ ਅਫਸਰ ਸੀਗੇ ਸੰਬੰਧਿਤ ਜ਼ਿਲ੍ਹਿਆਂ ਦੇ, ਸਭ ਨੂੰ ਮਤਲਬ ਇਹ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਅੱਜ ਜਿੰਨੀਆਂ ਸਮੱਸਿਆਵਾਂ ਆਈਆਂ ਇਹਨਾਂ ਦਾ ਹੱਲ ਜਿਹੜਾ ਉਹ ਕੀਤਾ ਜਾਵੇ। ਸੋ ਮੈਂ ਤੁਹਾਡੇ ਰਾਹੀਂ ਦੁਨੀਆ ਭਰ ਵਿੱਚ ਵੱਸਦੇ NRI ਨੂੰ ਬੇਨਤੀ ਕਰਨੀ ਚਾਹੁੰਦਾ ਕਿ ਮਾਨ ਸਾਹਿਬ ਦੀ ਸਰਕਾਰ ਤੁਹਾਡੀਆਂ ਜਿੱਥੇ ਸ਼ਿਕਾਇਤਾਂ ਨੇ, ਤੁਹਾਡੇ ਜਿਹੜੇ ਮਸਲੇ ਆ, ਇਹਨਾਂ ਨੂੰ ਲਗਾਤਾਰ ਹੱਲ ਕਰ ਰਹੀ ਆ। ਉਹ ਨਾਲ ਤੁਹਾਨੂੰ ਇਸ ਗੱਲ ਦਾ ਵੀ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਜਿੱਥੇ ਤੁਹਾਡੀ ਪ੍ਰੋਪਰਟੀ ਜਾਇਦਾਦਾਂ ਦੀ ਰਾਖੀ ਕਰਦੇ ਹਾਂ, ਕੋਈ ਨਜਾਇਜ਼ ਕਬਜ਼ੇ ਨਹੀਂ ਹੁੰਦੇ ਨੇ, ਉੱਥੇ ਤੁਹਾਡੀ ਜਾਨ ਮਾਲ ਦੀ, ਤੁਹਾਡੀ ਸੁਰੱਖਿਆ ਵੀ ਮਾਨ ਸਾਹਿਬ ਦੀ ਸਰਕਾਰ ਦਾ ਜਿਹੜਾ ਪਹਿਲਾ ਫਰਜ਼ ਹੈ। ਸੋ ਪੂਰੇ ਦੁਨੀਆ ਦੇ NRI ਨੂੰ ਇਹ ਸੱਦਾ ਕਿ ਪੰਜਾਬ ਆਓ, ਪੰਜਾਬ ਤੁਹਾਡਾ, ਪੰਜਾਬ ਆ ਕੇ ਆਪਣੇ ਪਿੰਡਾਂ ਦੀ, ਆਪਣੇ ਕਸਬਿਆਂ ਦੀ, ਜਿਹੜਾ ਕੋਈ ਵੱਡਾ ਭਰਾ ਆ ਪੰਜਾਬ ਦੇ ਵਿੱਚ, ਕੋਈ ਇੰਡਸਟਰੀ ਲਾ ਸਕਦਾ, ਉਹ ਵੀ ਆ ਕੇ ਲਾਵੇ। ਅਸੀਂ ਹਰ ਤਰ੍ਹਾਂ ਦੀ ਕਾਨੂੰਨੀ ਤੌਰ 'ਤੇ ਮਦਦ ਕਰਨ ਲਈ ਮਾਨ ਸਾਹਿਬ ਦੀ ਸਰਕਾਰ ਜਿਹੜੀ ਉਹ ਤਿਆਰ ਹੈ। ਸੋ ਅੱਜ 89 ਕੇਸ ਜਿਹੜੇ ਆ ਉਹ ਆਏ ਆ। ਸੋ ਹੁਣ ਅਸੀਂ ਇਹਨਾਂ ਕੇਸਾਂ ਦਾ ਸਾਰਿਆਂ ਦਾ ਰਿਵਿਊ ਕਰਕੇ ਅਤੇ ਕੋਸ਼ਿਸ਼ ਕਰਾਂਗੇ ਕਿ ਸਾਰੇ ਕੇਸ ਜਿਹੜੇ 4 ਮਿਲੀਆਂ ਦੇ ਵਿੱਚ ਆਏ ਆ, ਇਹ ਸਾਰੇ ਕੇਸ ਜਿਹੜੇ ਆ ਅਸੀਂ ਮਾਰਚ ਮਹੀਨੇ ਦੇ ਵਿੱਚ ਜੇ ਮਤਲਬ ਕੋਟਾਂ 'ਚ ਜਿਹੜੇ ਨਾ ਹੋਏ, ਜਿਹੜੇ ਕੋਟਾਂ ਤੋਂ ਬਿਨਾਂ ਹੋਏ, ਜੇ ਕੋਈ ਕੋਟ ਵਾਲਾ ਹੋਇਆ ਉੱਥੇ ਟਾਈਮ ਲੱਗੂਗਾ, ਪਰ ਕੋਟਾਂ ਤੋਂ ਬਿਨਾਂ ਵਾਲੇ ਕੇਸ ਜਿਹੜੇ ਆ ਅਸੀਂ ਮਾਰਚ ਦੇ ਵਿੱਚ ਸਾਰੇ ਜਿਹੜੇ ਹੱਲ ਕਰ। ਅੱਜ ਮੈਂ ਮੇਰੀ ਜ਼ਮੀਨ ਦਾ ਜਿਹੜਾ ਇੰਤਕਾਲ, ਮੇਰੀ ਪ੍ਰੋਪਰਟੀ ਮੇਰੇ ਨਾਂ 'ਤੇ ਇੰਤਕਾਲ ਹੋਇਆ ਹੋਇਆ, ਗਲਤ ਨਾਂ 'ਤੇ ਟ੍ਰਾਂਸਫਰ ਕਰਤਾ ਅਤੇ ਰੈਵਨਿਊ ਡਿਪਾਰਟਮੈਂਟ ਦੀ ਮਿਲੀ ਭੁਗਤਣਾ। ਹਾਂਜੀ, ਮੇਰੇ ਨਾਂ 'ਤੇ ਇੰਤਕਾਲ ਨੰਬਰ 7200, ਡੇਟ ਮੈਨੂੰ ਯਾਦ ਨਹੀਂ ਹੈ, ਲੁਧਿਆਣੇ ਵਿਖੇ ਉਹ ਮਨਜ਼ੂਰ ਹੋਇਆ ਪਿਆ। ਜਦ ਉਸ ਨੂੰ ਇੰਪਲੀਮੈਂਟ ਕੀਤਾ 2005-06 ਦੀ ਜਮ੍ਹਾਂਬੰਦੀ ਵਿੱਚ, ਮੇਰਾ ਨਾਮ ਬਦਲ ਕੇ ਗੁਰਸੋਹਣ ਸਿੰਘ ਦੀ ਜਗ੍ਹਾ ਗੁਰਮੋਹਣ ਸਿੰਘ ਕਰ ਦਿੱਤਾ ਗਿਆ। ਔਰ ਮੈਂ ਹਰ ਸਾਲ ਆਉਣਾ ਇੱਥੇ, ਧੱਕੇ ਖਾ ਕੇ ਤੁਰ ਜਾਂਦਾ, ਕਦੇ SDM ਦੇ, ਕਦੇ DC ਦੇ, ਕਦੇ ਕਿਸੇ ਦੇ, ਕੋਈ ਸੁਣਵਾਈ ਨਹੀਂ ਸੀ ਹੋਈ। ਹੁਣ ਅੱਜ ਮੈਨੂੰ ਪਤਾ ਲੱਗਿਆ ਸੀ ਵੀ NRI ਮੀਟਿੰਗ ਆ ਅਤੇ ਮੈਂ ਇੱਥੇ ਆਇਆ। ਮੰਤਰੀ ਸਾਹਿਬ ਨੇ ਮੇਰੇ ਬਹੁਤ ਵਧੀਆ ਤਰੀਕੇ ਨਾਲ ਮੇਰੀ ਗੱਲਬਾਤ ਸੁਣੀ,
ਔਰ DRO ਲੁਧਿਆਣੇ ਨੂੰ ਹਦਾਇਤ ਕੀਤੀ ਕਿ 31 ਮਾਰਚ ਤੱਕ ਇਹ ਦਰੁਸਤੀ ਹੋਣੀ ਚਾਹੀਦੀ ਆ, ਨਹੀਂ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ। ਮੈਂ ਇਸ ਤੋਂ ਬਹੁਤ ਸੰਤੁਸ਼ਟ ਹਾਂ। ਇਸ ਮਸਲੇ ਦੇ ਵਿੱਚ ਮੇਰੇ ਮਸਲੇ ਨੂੰ ਹੱਲ ਕਰਨ ਵਾਸਤੇ ਗਹਿਰਾਈ ਤੱਕ ਜਿਹੜਾ NRI ਪੁਲਿਸ ਸਟੇਸ਼ਨ ਜਗਰਾਓਂ ਦੇ ਮੈਡਮ ਜਸਵੀਰ ਕੌਰ ਨੇ ਔਰ ਉਹਨਾਂ ਦੇ ਸਟਾਫ ਨੇ ਬੜੀ ਮਿਹਨਤ ਨਾਲ ਸ਼ੁਰੂ ਤੋਂ ਟਰੇਸ ਕੀਤਾ ਇਹ ਕੇਸ ਵਿੱਚ ਕਿੱਥੇ ਗਲਤੀ ਹੋਈ।